ਸਤਨਾਮ 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 ਜੀ। ਓਏ ਰੱਬਾ ਮੈਂ ਸੋਨੇ ਵਰਗਾ ਲਾਲ ਕਰ ਦਿੱਤਾ ਓਏ ਓਏ ਸਵੇਰੇ ਹੀ ਮਾਂ ਜਦੋਂ ਮੈਨੂੰ ਮਿਲੀ ਉਦੋਂ ਹੀ ਮੈਨੂੰ ਪੁੱਛਿਆ ਮਾਂ ਨੇ, ਕਹਿੰਦੀ ਮੇਰੇ ਅੰਮ੍ਰਿਤਪਾਲ ਨੂੰ ਤਾਂ ਨੀ ਕੁਛ ਹੋ ਗਿਆ ਕਿਤੇ। ਪੁੱਤ ਦਾ ਮੂੰਹ ਦੇਖ ਜਾਂਦੀ ਵਾਰਦਾ ਸੀ ਅੰਮ੍ਰਿਤਪਾਲ ਸਿੰਘ, ਕਬੱਡੀ ਦਾ ਪਲੇਅਰ ਸੀ, ਬਹੁਤ ਵਧੀਆ ਨਾਮਵਰ ਇਨਸਾਨ ਸੀ ਆਪਣੇ ਇਲਾਕੇ ਚ, ਆਪਣੇ ਪਿੰਡ ਦੇ ਵਿੱਚ ਪੜ੍ਹਿਆ ਲਿਖਿਆ ਸੀ, ਅਗਾਂਹ ਵਧੂ ਸੋਚ ਵਾਲਾ ਸੀ। ਬਸ ਮਾਂ, ਬਸ ਵਾਹਿਗੁਰੂ ਦਾ ਨਾਮ ਪਾਰਾ ਮਨ, ਬਸ ਮੇਰੀ ਮਾਂ, ਬਸ ਚੁੱਪ ਕਰ, ਇੱਕ ਮਿੰਟ ਵੀ ਚੈੱਕ ਕਰ ਲੈ, ਚੁੱਪ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਮਾਂ ਰੋ ਕੇ ਬਿਲਕ ਕੇ ਇੱਕ ਸ਼ਿਕਵਾ ਕਰਦੀ ਆ ਵੀ ਰੱਬਾ ਤੂੰ ਮੇਰੇ ਨਾਲ ਇਹ ਕੀ ਕੀਤਾ, ਮੇਰਾ ਸੋਨੇ ਵਰਗਾ ਪੁੱਤ ਖੋ ਲਿਆ, ਮੇਰੀ ਅਰਥੀ ਕੌਣ ਚੱਕੂਗਾ। ਅੱਜ ਸਾਡੇ ਸਮਾਜ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਊਣਤਾ ਹੀ ਆ ਗਈ ਆ, ਇੱਕ ਦੂਸਰੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ, ਖੂਨ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ, ਰਿਸ਼ਤੇ ਬੇਮੁੱਖ ਹੋਈ ਜਾਂਦੇ ਆ। ਇਹ ਸਾਰੇ ਕਾਹੇ ਦੀ ਜਿਉਂਦੀ ਜਾਗਦੀ ਇੱਕ ਤਸਵੀਰ ਸੀ ਅੰਮ੍ਰਿਤਪਾਲ ਸਿੰਘ, ਕਬੱਡੀ ਦਾ ਪਲੇਅਰ ਸੀ, ਬਹੁਤ ਵਧੀਆ ਨਾਮਵਰ ਇਨਸਾਨ ਸੀ ਆਪਣੇ ਇਲਾਕੇ 'ਚ, ਆਪਣੇ ਪਿੰਡ ਦੇ ਵਿੱਚ ਪੜ੍ਹਿਆ ਲਿਖਿਆ ਸੀ, ਅਗਾਂਹ ਵਧੂ ਸੋਚ ਵਾਲਾ ਸੀ, ਵਿਆਹ ਕਰਾਇਆ ਆਪਦੇ ਤਰੀਕੇ ਨਾਲ, ਹਰ ਇੱਕ ਚੀਜ਼ ਕੋਸ਼ਿਸ਼ ਕੀਤੀ ਵੀ ਮੈਂ ਚੰਗੀ ਕਰ ਸਕਾਂ, ਪਰ ਕੁਛ ਕਰਮਾਂ ਦੀ ਗੱਲ ਕਰ ਲਈਏ ਜਾਂ ਕੁਛ ਸਾਡੇ ਸਮਾਜ ਦੀਆਂ ਕਮੀਆਂ ਗਲਤੀਆਂ ਸਮਝ ਲਈਏ, ਅੱਜ ਅੰਮ੍ਰਿਤਪਾਲ ਭਰ ਜਵਾਨੀ 'ਚ ਆਪਣੀ ਬੁੱਢੀ ਲਾਚਾਰ ਮਾਂ ਨੂੰ, ਜਿਹੜੀ ਅਪਾਹਜ ਹਾਲਤਾਂ ਤੋਂ ਜਨਮ ਤੋਂ ਹੀ ਪੋਲੀਆ ਹੋਇਆ ਹੋਇਆ, ਉਹਨੂੰ ਇਕੱਲਿਆਂ ਛੱਡ ਕੇ ਇਸ ਦੁਨੀਆਂ ਤੋਂ ਚਲਾ ਗਿਆ, ਇਕਲੌਤਾ ਪੁੱਤ ਸੀ ਮਾਂ ਦਾ, ਧੀ ਆ ਵਿਆਹੀ ਹੋਈ ਆ, ਉਹ ਵੀ ਪੂਰੀ ਸੂਰੀ ਆ ਵਿਚਾਰੀ ਆਪਦੇ ਘਰ ਨੂੰ। ਅੰਮ੍ਰਿਤਪਾਲ ਦਾ ਵੀ ਵਿਆਹ ਹੋਇਆ ਸੀ, ਇਹਦੀ ਧਰਮ ਪਤਨੀ ਅੱਜ ਪਤਾ ਨਹੀਂ ਕਿੱਥੇ ਹੋਊਗੀ, ਉਹਨੂੰ ਪਤਾ ਵੀ ਹੋਊਗਾ ਕਿ ਨਹੀਂ ਵੀ ਅੱਜ ਉਹ ਵਿਧਵਾ ਹੋ ਗਈ ਆ। ਅੰਮ੍ਰਿਤਪਾਲ ਆਪਣੇ ਪਿੰਡ ਤੋਂ ਸਾਰੀ ਜ਼ਮੀਨ ਵੇਚ ਕੇ ਸਾਰਾ ਪੈਸਾ ਲੈ ਕੇ ਆਪਣੀ ਵਾਈਫ ਦੇ ਨਾਲ ਆਪਣੇ ਆਉਣ ਵਾਲੇ ਜੀਵਨ ਦੀਆਂ ਖੁਸ਼ੀਆਂ ਵਾਸਤੇ ਹਰ ਇੱਕ ਗੱਲ ਉਹਦੀ ਮੰਨ ਕੇ ਜਿਵੇਂ ਉਹਨਾਂ ਨੇ ਕਿਹਾ ਉਵੇਂ ਕਰਦਾ ਰਿਹਾ ਆਗਿਆਕਾਰੀ ਪਤੀ। ਘਰ ਵੀ
ਕੋਠੀ ਬਣਾਈ ਜਾ ਕੇ ਸਹੁਰੇ ਪਰਿਵਾਰ 'ਚ, ਜ਼ਮੀਨ ਵੇਚ ਕੇ ਪੈਸਾ ਵੀ ਸਾਰਾ ਜਿਵੇਂ ਉਹਨਾਂ ਨੇ ਕਿਹਾ ਉਵੇਂ ਲਾ ਤਾ। ਜਦੋਂ ਕੋਠੀ ਬਣ ਗਈ, ਸਭ ਕੁਛ ਹੋ ਗਿਆ, ਜਦੋਂ ਅੰਮ੍ਰਿਤਪਾਲ ਦੇ ਕੋਲ ਕੁਛ ਨਾ ਬਚਿਆ ਤਾਂ ਮਾਂ ਪੁੱਤਾਂ ਨੂੰ ਉੱਥੋਂ ਕੱਢ ਦਿੱਤਾ ਗਿਆ। ਕਰ ਆਪਣੇ ਘਰ ਦੇ ਵਿੱਚੋਂ ਇਹ ਮਾਂ ਆਪਣੇ ਪੁੱਤ ਨੂੰ ਲੈ ਕੇ ਵਾਪਸ ਫਿਰ ਉਸ ਆਲਣੇ 'ਚ ਆ ਗਈ ਜਿੱਥੋਂ ਗਈ ਸੀ। ਪੁੱਤ ਦੀਆਂ ਖੁਸ਼ੀਆਂ ਲਈ ਅੰਮ੍ਰਿਤਪਾਲ ਦੀ ਹਰ ਗੱਲ ਮੰਨਣ ਲਈ ਤਿਆਰ ਸੀ ਇਹ ਮਾਂ। ਖੰਡੂਰ ਪਿੰਡ ਆ ਜੋਧਾਂ ਕੋਲ, ਲੁਧਿਆਣੇ ਜ਼ਿਲ੍ਹੇ ਦਾ, ਪਰ ਇਹ ਪਿੰਡ ਛੱਡ ਕੇ ਅੰਮ੍ਰਿਤਪਾਲ ਦੇ ਸਹੁਰੇ ਪਰਿਵਾਰ ਦੇ ਵਿੱਚ, ਕਿਹੜੇ ਪਿੰਡ ਸੀਗੇ ਜੀ? ਦਰਾਹੇ ਕੋਲ ਭੈਲ, ਉੱਥੇ ਜਾ ਕੇ ਰਹਿਣ ਲੱਗ ਗਏ ਸੀ ਵੀ ਚੱਲ ਮੇਰਾ ਪੁੱਤ ਤਾਂ ਇਕੱਲਾ ਜਿਵੇਂ ਕਹਿੰਦਾ ਜਿੱਥੇ ਰਹਿੰਦਾ ਮੈਂ ਵੀ ਉੱਥੇ ਦਿਨ ਕੱਟ ਲੈਂਦੀ ਹਾਂ। ਪਰ ਮਾਂ ਨੂੰ ਨਹੀਂ ਸੀ ਪਤਾ ਵੀ ਮੇਰਾ ਇਹ ਕਦਮ ਆ ਜਿਹੜਾ ਮੈਨੂੰ ਇੱਥੇ ਤੀਕਰ ਲੈ ਆਊਗਾ। ਉੱਥੋਂ ਖਾਲੀ ਹੱਥ ਜਦੋਂ ਦੋਨੇ ਮਾਂ ਪੁੱਤ ਮੁੜੇ, ਬਾਪ ਦੀ ਪਹਿਲਾਂ ਡੈਥ ਹੋ ਚੁੱਕੀ ਸੀ, ਤਾਂ ਉਹ ਆ ਕੇ ਸ਼ਰੀਕੇ ਕਬੀਲੇ 'ਚ ਮੂੰਹ ਨਹੀਂ ਦਿਖਾ ਸਕਿਆ। ਅੰਮ੍ਰਿਤਪਾਲ ਸ਼ਰਾਬ ਪੀਣ ਲੱਗ ਗਿਆ, ਨਸ਼ੇ ਦਾਦੀ ਹੋ ਗਏ, ਕਿ ਉਹ ਤਾਨੇ ਮਿਹਣੇ ਉਹ ਅੱਖਾਂ 'ਚ ਅੱਖਾਂ ਪਾ ਕੇ ਦੇਖਣੀਆਂ ਕਿੱਥੇ ਕਿੰਨੇ ਸੁਪਨੇ, ਕਿੰਨਾ ਕੁਛ ਬੰਦਾ ਆਪਦੀ ਜ਼ਿੰਦਗੀ 'ਚ ਸੁਪਨੇ ਸਜੇਂਦਾ, ਕਿੰਨੀਆਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਾਂ ਸੋਚਦਾ, ਉਹ ਸਭ ਢਹਿ ਢੇਰੀ ਹੋ ਗਈਆਂ ਸੀ। ਆ ਕੇ ਉਸੇ ਨਗਰ 'ਚ ਜਿੱਥੇ ਕਿਸੇ ਟਾਈਮ ਸਰਦਾਰ ਦਾ ਪੁੱਤ ਸਰਦਾਰ ਅੰਮ੍ਰਿਤਪਾਲ ਸਿੰਘ ਦਿਹਾੜੀ ਕਰਨ ਲੱਗ ਗਿਆ, ਲੋਕਾਂ ਦੇ ਘਰ ਦਿਹਾੜੀ 'ਤੇ ਜਾਣ ਲੱਗ ਗਿਆ। ਮਾਂ ਪੁੱਤ ਦੋਨੇ ਆਪਣਾ ਗੁਜ਼ਾਰਾ ਕਰਨ ਲੱਗੇ ਦਿਹਾੜੀ ਕਰਕੇ। ਜਦੋਂ ਸਮਾਂ ਮਾੜਾ ਹੁੰਦਾ ਤਾਂ ਜ਼ਿੰਦਗੀ ਕਿਸ ਕਰਵਟ ਮੋੜ ਲੈ ਜਾਂਦੀ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ। ਅੰਮ੍ਰਿਤਪਾਲ ਦੇ ਘਰ ਵੀ ਇੱਦਾਂ ਹੀ ਇੱਕ ਪਰਦੇਸੀ ਕਿਰਾਏ 'ਤੇ ਰਹਿੰਦਾ ਸੀਗਾ, ਕਮਰਾ ਕਿਰਾਏ 'ਤੇ ਦਿੱਤਾ ਹੋਇਆ ਸੀ ਇਹਨੇ ਉਹਨੂੰ, ਦਿਹਾੜੀ ਮਜ਼ਦੂਰੀ ਕਰਦਾ ਸੀ ਉਹ ਵੀ। ਉਹਦੇ ਨਾਲ ਕਿਸੇ ਗੱਲ 'ਤੇ ਬਹਿਸ ਹੋ ਗਈ ਕਿਰਾਏ ਲੈਣ ਪਿੱਛੇ, ਥੋੜ੍ਹੇ ਪੈਸੇ ਦੇਣ ਲੈਣ ਪਿੱਛੇ ਦੋਨੋਂ ਗੁੱਥਮ ਗੁੱਥਾ ਹੋ ਗਏ, ਲੜ ਪਏ ਅਤੇ ਉਸ ਪਰਦੇਸੀ ਬੰਦੇ ਨੇ ਧੱਕਾ ਮਾਰਿਆ ਇਹਨੂੰ ਜਾਂ ਸੱਟ ਮਾਰੀ। ਇਹ ਇਕੱਲਾ ਹੀ ਘਰ ਸੀਗਾ, ਕੋਈ ਹੈ ਨਹੀਂ ਸੀ ਹੋਰ, ਮਾਂ ਗਏ ਹੋਏ ਸੀ ਕਿਤੇ। ਅਤੇ ਰਾਤ ਨੂੰ ਜਦੋਂ ਲੜੇ ਤਾਂ ਇਹਦੀ ਢੂਈ ਦੇ ਉੱਤੇ ਬੈਕ ਸਾਈਡ 'ਤੇ ਰੀੜ ਦੀ ਹੱਡੀ 'ਤੇ ਸੱਟ ਲੱਗੀ, ਉੱਥੇ ਹੀ ਇਹ ਡਿੱਗ ਪਿਆ। ਰੀੜ੍ਹ ਦੀ ਹੱਡੀ ਟੁੱਟ ਗਈ, ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਇਹਦਾ, ਉੱਥੇ ਹੀ ਪਿਆ ਰਿਹਾ ਰਾਤ ਸਾਰੀ ਰਾਤ। ਸਵੇਰਿਓਂ ਆ ਕੇ ਮਾਂ ਨੇ ਦੇਖਿਆ, ਮਾਤਾ ਨੇ ਦੇਖਿਆ ਸੀ ਆ ਕੇ? ਹਾਂਜੀ, ਸਵੇਰੇ ਆ ਕੇ ਦੇਖਿਆ। ਇਹਨਾਂ ਨੇ ਦੇਖਿਆ ਵੀ ਮੇਰਾ ਪੁੱਤ ਥੱਲੇ ਪਿਆ, ਰੌਲਾ ਪਾਇਆ। ਆਂਢ ਗੁਆਂਢ ਦੇ ਲੋਕ ਕੱਟੇ ਹੋਏ, ਚੱਕ ਕੇ ਲੈ ਕੇ ਗਏ ਹਸਪਤਾਲਾਂ 'ਚ। ਤਾਂ ਡਾਕਟਰਾਂ ਨੇ ਦੱਸਿਆ ਵੀ ਇਹਦੀ ਰੀੜ੍ਹ ਦੀ ਹੱਡੀ ਟੁੱਟ ਗਈ, ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਬਿਲਕੁਲ ਹੀ। ਬਸ ਉਦੋਂ ਤੋਂ ਹੀ ਅੰਮ੍ਰਿਤਪਾਲ ਮੰਜੇ 'ਤੇ ਪਿਆ। ਘਰੇ ਇਹ ਬਜ਼ੁਰਗ ਮਾਂ ਸੀ ਅਪਾਹਜ, ਧੰਨਵਾਦ ਸੀ ਕੁਛ ਪਿੰਡ ਦੇ ਚੰਦ ਕੁ ਲੋਕ ਜਿਹੜੇ
ਇਸ ਮਾਂ ਦੇ ਪੁੱਤ ਦੀ ਸਾਫ਼ ਸਫਾਈ 'ਚ ਮਦਦ ਕਰਦੇ ਸੀ। ਬਾਈ ਜੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀਗੇ, ਇੱਕ ਦੋ ਮੈਂਬਰ ਸੀ ਉਹ ਜਿਹੜੇ ਅੰਮ੍ਰਿਤਪਾਲ ਦਾ ਥੱਲੇ ਵਾਲਾ ਹਿੱਸਾ ਡੈੱਡ ਹੋਣ ਕਰਕੇ ਲੈਟਰੀਨ ਬਾਥਰੂਮ ਵਿੱਚ ਹੀ ਕਰਦਾ ਸੀ ਅਤੇ ਉਹਦੀ ਸਫਾਈ ਕਰਾ ਦਿੰਦੇ ਸੀ, ਜਿਹਦੇ ਕਰਕੇ ਫਿਰ ਜ਼ਖਮ ਬਣ ਗਏ, ਪਿੱਛੇ ਐਡੇ ਐਡੇ ਵੱਡੇ ਹੋਲ ਹੋ ਗਏ, ਰੀੜ੍ਹ ਦੀ ਹੱਡੀ ਆ ਸਾਰੇ ਚੂੜਾ ਹੱਡੀਆਂ ਦਿਖਣ ਲੱਗ ਗਈਆਂ, ਵਿੱਚੋਂ ਥੱਲੇ ਵਾਲਾ ਹਿੱਸਾ ਗਲ ਗਿਆ, ਪੈਰ ਗਲ ਗਏ, ਇੱਕੋ ਥਾਂ 'ਤੇ ਪਏ ਰਹਿਣ ਕਰਕੇ, ਕਿਉਂਕਿ ਮਾਤਾ ਤੋਂ ਤਾਂ ਵਿਚਾਰੀ ਤੋਂ ਪਾਸਾ ਵੀ ਨਹੀਂ ਦਵਾ ਹੁੰਦਾ ਸੀ, ਮਾਤਾ ਤਾਂ ਹੁਣ ਵੀ ਵਿਚਾਰੀ, ਅਸੀਂ ਇਹਨੂੰ ਦੱਸਿਆ ਨਹੀਂ ਸੀ, ਤੜਕੇ 5 ਵਜੇ ਦਾ ਅੰਮ੍ਰਿਤਪਾਲ ਚੜ੍ਹਾਈ ਕਰ ਗਿਆ ਸੀਗਾ। ਅਸੀਂ ਹੁਣ ਇਸ਼ਨਾਨ ਕਰਾ ਕੇ ਜਦੋਂ ਪਿੰਡ ਦੇ ਆ ਗਏ ਸਾਰੇ ਵੀਰ, ਉਦੋਂ ਮਾਂ ਦੇ ਨਾਲ ਇੱਥੇ ਆ ਕੇ ਹੁਣ ਪੱਗ ਬੰਨ੍ਹਣ ਲੱਗਿਆਂ ਨੇ ਸਾਂਝ ਪਾਈ ਆ, ਪਰ ਮਾਂ ਦਾ ਦਿਲ ਤਾਂ ਪਛਾਣਦਾ ਸੀ। ਸਵੇਰੇ ਹੀ ਮਾਂ ਜਦੋਂ ਮੈਨੂੰ ਮਿਲੀ, ਉਦੋਂ ਹੀ ਮੈਨੂੰ ਪੁੱਛਿਆ ਮਾਂ ਨੇ, ਕਹਿੰਦੀ ਮੇਰੇ ਅੰਮ੍ਰਿਤਪਾਲ ਨੂੰ ਤਾਂ ਨਹੀਂ ਕੁਛ ਹੋ ਗਿਆ ਕਿਤੇ, ਕਿਉਂਕਿ ਮਾਵਾਂ ਮਾਵਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਜਦੋਂ ਕਲੇਜੇ ਦਾ ਟੁਕੜਾ ਇਸ ਤਰ੍ਹਾਂ ਦੀ ਹਾਲਤ 'ਚ ਪਹੁੰਚ ਜਾਂਦਾ ਤਾਂ ਉਹ ਮਾਵਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਭਰਾਵੋ। ਪਰ ਦੇਖੋ ਅੱਜ ਸਾਡੇ ਸਮਾਜ ਦੀ ਇਹ ਗਿਰਾਵਟ ਵੀ, ਉਹ ਭੈਣ ਜਿਹਦੇ ਲੜ ਲੱਗੇ ਸੀ, ਇੱਕ ਦੂਜੇ ਦੇ ਨਾਲ ਲਾਵਾਂ ਲਈਆਂ ਸੀ, ਉਹ ਅੱਜ ਉਸ ਘਰ 'ਚ ਬੈਠੀ ਆ ਜਿਹੜੀ ਜ਼ਮੀਨ ਜਾਇਦਾਦ ਅੰਮ੍ਰਿਤਪਾਲ ਦੀ ਸੀ, ਵੇਚ ਕੇ ਸਾਰੀ ਉੱਥੇ ਲੈ ਗਏ, ਉਹ ਸਾਰਾ ਪੈਸਾ ਧੇਲਾ ਉੱਥੇ ਆ, ਅਤੇ ਅੰਮ੍ਰਿਤਪਾਲ ਅੱਜ ਇੱਥੇ ਪਿਆ। ਅਤੇ ਅੰਮ੍ਰਿਤਪਾਲ ਦੀ ਮਾਂ ਆਪਣਾ ਸਾਰਾ ਕੁਛ ਗਵਾਈ ਬੈਠੀ ਅੱਜ, ਅਤੇ ਮਹਾਰਾਜ ਅੱਗੇ ਸ਼ਿਕਵਾ ਕਰਦੀ ਆ ਵੀ ਮੇਰੀ ਅਰਥੀ ਨੂੰ ਹੱਥ ਕੌਣ ਦਊ ਪੁੱਤ, ਮੇਰੀ ਅਰਥੀ ਨੂੰ ਕੰਧਾ ਕੌਣ ਲਾਊ। ਜਦੋਂ ਕੋਈ ਇੱਦਾਂ ਦਾ ਵਕਤ ਪੈਂਦਾ ਆਪਣੇ ਵੀ ਮੁੱਖ ਮੋੜ ਜਾਂਦੇ ਆ, ਆਪਣਾ ਖੂਨ ਵੀ ਪਰਾਇਆ ਹੋ ਜਾਂਦਾ ਭਰਾਵੋ। ਜਿਸ ਦਿਨ ਅਸੀਂ ਅੰਮ੍ਰਿਤਪਾਲ ਨੂੰ ਲੈ ਕੇ ਆਏ ਸੀ, 1 ਮਹੀਨਾ ਤੇ 5 ਦਿਨ ਹੋ ਗਏ ਆ ਸਾਡੇ ਕੋਲ ਅੰਮ੍ਰਿਤਪਾਲ ਵੀਰੇ ਨੂੰ ਆਏ ਨੂੰ, 12ਵੇਂ ਮਹੀਨੇ ਦੀ 23 ਤਰੀਕ ਨੂੰ ਅੰਮ੍ਰਿਤਪਾਲ ਨੂੰ ਅਸੀਂ ਲੈ ਕੇ ਆਏ ਸੀ ਖੰਡੂਰ ਪਿੰਡ ਤੋਂ, ਅਤੇ ਉਸ ਦਿਨ ਵੀਰੇ ਦੀ ਹਾਲਤ ਇੰਨੀ ਮਾੜੀ ਸੀ ਘਰ ਦੇ ਵਿੱਚ, 34 ਸਾਲ ਦੀ ਉਮਰ ਆ ਵੀਰੇ ਦੀ, 29/12/23 ਨੂੰ ਲੈ ਕੇ ਆਏ ਸੀ ਬਾਈ ਨੂੰ, 3/2/23 ਨੂੰ 3/2/24 ਨੂੰ ਬਾਈ ਇਸ ਦੁਨੀਆ ਤੋਂ ਤੁਰ ਗਿਆ। 1 ਮਹੀਨਾ ਤੇ 5 ਦਿਨ ਬਾਈ ਹਸਪਤਾਲ 'ਚ ਰਿਹਾ ਸਾਡੇ ਸੁਪਨਿਆਂ ਦੇ ਘਰ, ਪਹਿਲਾਂ ਇੱਥੇ ਇਲਾਜ ਚੱਲਦਾ ਰਿਹਾ 5-7 ਦਿਨਾਂ ਦਾ, ਹੁਣ ਥੋੜ੍ਹਾ ਜ਼ਿਆਦਾ ਢਿੱਲਾ ਹੋ ਗਿਆ ਸੀ ਵੀਰਾ, ਦੀਪਕ ਹਸਪਤਾਲ ਸ਼ਿਫਟ ਕਰਤਾ ਸੀਗਾ, ਉੱਥੇ ਜਾ ਕੇ ਵੀ ਮੋੜ ਪੈ ਗਿਆ ਸੀਗਾ, ਡਾਕਟਰ ਕਹਿੰਦੇ ਸੀ ਅੱਗੇ ਨਾਲੋਂ ਬਹੁਤ ਠੀਕ ਆ, ਪਿੰਡ ਵਾਲੇ ਬਾਈ ਵੀ ਆਉਂਦੇ ਰਹੇ ਪਤਾ ਲੈਣ, ਮਿਲਦੇ ਰਹੇ, ਕਾਫੀ ਫਰਕ ਪੈ ਗਿਆ ਸੀ ਅੱਗੇ ਨਾਲੋਂ। ਪਰ ਜਦੋਂ ਸਮਾਂ ਆ ਗਿਆ, ਸਵਾਸ ਲਿਖਿਆ ਹੋਇਆ ਕਹਿੰਦੇ ਪਹਿਲਾਂ ਹੀ, ਉਦੋਂ ਇੱਕ ਘੱਟ ਅਤੇ ਨਾ ਹੀ ਉਦੋਂ ਇੱਕ ਵੱਧ ਸਾਨੂੰ ਮਿਲ ਸਕਦਾ। ਪਰ ਅੰਮ੍ਰਿਤਪਾਲ ਬਾਈ ਦਾ ਇਹ ਜੀਵਨ ਜਿਹੜਾ ਇੰਨੀ ਛੋਟੀ ਉਮਰ 'ਚ ਸਮਾਪਤ ਹੋ ਗਿਆ, ਇਹਦੇ ਪਿੱਛੇ ਸਾਡੀਆਂ ਸਾਡੇ ਸਮਾਜ ਦੀਆਂ ਉਹਨਾਂ ਸੌੜੀਆਂ ਸੋਚਾਂ ਦਾ, ਉਹ ਸਾਡੀ ਮਰਦੀ ਜਾ ਰਹੀ ਜ਼ਮੀਰ ਦਾ ਬਹੁਤ ਵੱਡਾ ਹੱਥ ਆ।
ਪਿੰਡ ਦੇ ਨੌਜਵਾਨ ਨੇ ਬਾਈ ਹੁਣੀ ਸਾਰੇ ਜਿੱਦਣ ਲੈ ਕੇ ਆਏ ਸੀ ਉੱਦਣ ਵੀ ਵੀਰੇ ਹੁਣੀ ਖੜੇ ਅੱਖਾਂ ਭਰੀ ਖੜੇ ਸੀ ਰੋਂਦੇ ਸੀ ਉੱਦਣ ਵੀ ਪਰ ਆਪਣਿਆਂ ਦੇ ਵਿੱਚੋਂ ਕੋਈ ਰੋਣ ਨੂੰ ਕੋਈ ਨਹੀਂ ਸੀ ਖੜਾ ਉੱਥੇ ਇੱਕ ਭੈਣ ਵਿਚਾਰੀ ਖੜੀ ਸੀ ਅਤੇ ਇੱਕ ਮਾਂ ਸੀ ਬਸ ਬਾਈ ਹੋਰ ਇਹਦੇ ਜਿਵੇਂ ਕੋਈ ਰਿਸ਼ਤੇਦਾਰ ਹੋਣਗੇ ਮਾਮੇ ਚਾਚੇ ਤਾਏ ਕੋਈ ਬਾਈ ਤਾਏ ਚਾਚੇ ਤਾਂ ਇਹਨਾਂ ਦਾ ਕੋਈ ਨਹੀਂ ਹੈਗਾ ਸਕਿਆਂ 'ਚੋਂ ਇਹੀ ਸੀ ਇਹਦਾ ਫਾਦਰ ਇਕੱਲਾ ਹੀ ਸੀ ਜਦ ਇਹ 3 ਸਾਲ ਦਾ ਸੀ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਬਾਅਦ 'ਚ ਇਹ ਆ ਇਹਨਾਂ ਦੀ ਮਦਰ ਅਤੇ ਸਿਸਟਰ ਇਹਨਾਂ ਦੀ ਵਿਆਹੀ ਹੋਈ ਸੀ ਅਤੇ ਮਾਮੇ ਵਗੈਰਾ ਇਹਦੇ ਫੋਰਨ ਕੰਟਰੀ 'ਚ ਨੇ ਉਹਨਾਂ ਦੇ 2 ਲੜਕੀਆਂ ਉਹ ਵੀ ਫੋਰਨ 'ਚ ਨੇ ਸ਼ਾਇਦ ਹਾਂਗਕਾਂਗ 'ਚ ਨੇ ਅਤੇ ਇੱਕ ਮਾਮਾ ਸ਼ਾਇਦ ਖੇਤੀਬਾੜੀ ਕਰਦਾ ਉਹਦਾ ਵੀ ਕੰਮ ਡਾਊਨ ਜਾਈ ਆ ਉਹ ਪਿੰਡ ਇੱਕ ਸ਼ਾਇਦ ਇਹਨਾਂ ਦੇ ਮਾਸੀ ਨੇ ਜਗਰਾਉਣ ਲੱਗ ਗਏ ਕਿਸੇ ਪਿੰਡ ਉਹ ਕਿਤੇ ਪ੍ਰਾਈਵੇਟ ਟੀਚਰ ਅਤੇ ਬਾਈ ਜਿਵੇਂ ਹੁਣ ਸਹੁਰੇ ਪਰਿਵਾਰ 'ਚ ਇਹਦੇ ਤੁਸੀਂ ਦੱਸਿਆ ਸੁਨੇਹਾ ਸੁਨੇਹਾ ਲਾਇਆ ਉਹਨਾਂ ਨੂੰ ਨਹੀਂ ਬਾਈ ਉੱਥੇ ਤਾਂ ਫੈਸਲਾ ਹੋ ਗਿਆ ਸੀ ਬੱਚਾ ਕੋਈ ਨਹੀਂ ਬੱਚਾ ਕੋਈ ਨਹੀਂ ਸੀ ਉਹਦਾ ਖਾਣ ਪੀਣ ਦੇ ਇਰਾਦੇ ਨਾਲ ਆਏ ਸੀ ਇਹਨੇ ਸਾਰਾ ਲੈ ਕੇ ਲੁੱਟ ਕੇ ਉਹੀ ਵਜ੍ਹਾ ਦੀ ਇਹਦੀ ਸੱਟ ਵੱਜੀ ਸਟ੍ਰੈਸ ਜੀ ਇਹ ਡਰਿੰਕ ਕਰਨ ਲੱਗ ਗਿਆ ਅਤੇ ਉਹਦੇ ਵਿੱਚ ਇਹਦੇ ਸੱਟ ਲੱਗ ਗਈ ਇੱਕ ਅੱਜ ਇਸ ਗੱਲ ਤੋਂ ਸਾਨੂੰ ਸਿੱਖਿਆ ਲੈਣੀ ਵੀ ਬਣਦੀ ਆ ਵੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਬੰਦਾ ਡਿੱਗਦਾ ਬਹੁਤ ਵਾਰੀ ਉੱਠਦਾ ਆਪਾਂ ਇਸ ਗੱਲ ਤੋਂ ਵੀਰੇ ਦੀ ਆਸੇ ਹਾਲਾਤ ਦੇ ਵਿੱਚ ਅੱਜ ਜ਼ਿੰਦਗੀ ਦਾ ਖਤਮ ਹੋਣ 'ਤੇ ਸਿੱਖਿਆ ਲਈਏ ਵੀ ਜੇ ਕਿਤੇ ਕਿਸੇ ਸਮੱਸਿਆ ਦੇ ਵਿੱਚ ਅਸੀਂ ਹਾਂ ਤਾਂ ਸਹਾਰਾ ਡਰਿੰਕ ਦਾ ਜਾਂ ਨਸ਼ੇ ਦਾ ਨਾ ਲਵੋ ਉਹ ਸਰਕਾਰ ਪੁਰਖ ਵਾਹਿਗੁਰੂ ਦਾ ਲਵੋ ਉਹਦੇ ਭਾਣੇ 'ਚ ਰਹਿ ਕੇ ਦੁਬਾਰਾ ਉੱਠ ਕੇ ਖੜ੍ਹੇ ਹੋਣ ਲਈ ਲੜਾਈ ਲੜੋ ਜਿੱਦੋ ਜਹਿਦ ਕਰੋ ਮਹਾਰਾਜ ਫਿਰ ਬਾਂਹ ਫੜ ਲਈ ਅੱਜ ਮਾਂ ਰੋਂਦੀ ਆ ਝੱਲੀ ਨਹੀਂ ਜਾਂਦੀ ਮਾਂ ਨੂੰ ਕਿਹੜੇ ਮੂੰਹ ਨਾਲ ਹੌਸਲਾ ਦੇਈਏ ਕੋਈ ਲਫ਼ਜ਼ ਨਹੀਂ ਜੁੜਦੇ ਕੀ ਕਹਿ ਦਈਏ ਕੀ ਕਹਿ ਕੇ ਬਰਾਈਏ ਕੀ ਕਹਿ ਕੇ ਹੌਸਲਾ ਦੇਈਏ ਅਰਦਾਸ ਕਰਿਓ ਅੰਮ੍ਰਿਤਪਾਲ ਵੀਰੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ਣ ਹਰਪ੍ਰੀਤ ਸਿੰਘ ਜਗਵਿੰਦਰ ਸਿੰਘ ਗੁਰਪਾਲ ਸਿੰਘ ਜਸਪ੍ਰੀਤ ਕੌਰ ਭੈਣ ਇਹਨਾਂ ਸਾਰਿਆਂ ਦਾ ਗੁਰਪਾਲ ਸਿੰਘ ਹਰਪ੍ਰੀਤ ਰਾਜਵਿੰਦਰ ਪ੍ਰਦੀਪ ਅਤੇ ਚਰਨ ਕੌਰ ਮਾਤਾ ਇਹਨਾਂ ਦਾ ਧੰਨਵਾਦ ਆ ਜਿਹੜੇ ਇੱਥੋਂ ਅੱਜ ਨਾਲ ਖੜ੍ਹੇ ਨੇ ਪਿੰਡੋਂ ਆਏ ਨੇ ਸ਼ੁਕਰੀਆ ਇਹਨਾਂ ਦਾ ਅਤੇ ਹੁਣ ਵੀਰ ਅੰਮ੍ਰਿਤਪਾਲ ਦਾ ਅੰਤਿਮ ਸੰਸਕਾਰ ਆ ਜਿਹੜਾ ਇਹਦੇ ਜੱਦੀ ਪਿੰਡ ਖੰਡੂਰ ਪਿੰਡ ਦੇ ਵਿੱਚ ਹੋਊਗਾ ਜ਼ਰੂਰ ਅਰਦਾਸ ਕਰਿਓ ਵੀਰ ਦੀ ਆਤਮਾ ਦੀ ਸ਼ਾਂਤੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਹੌਸਲਾ ਰੱਖੋ ਮਾਂ ਬਣ ਕੇ ਮਾਂ ਬਣ ਕੇ ਰੋਣਾ ਨੀ ਗਾ ਰੋਣਾ ਨੀ ਬਾਈ ਮਾਂ ਹੌਸਲਾ ਰੱਖ ਥੋੜ੍ਹਾ ਜਿਹਾ ਮਾਂ ਬਣ ਕੇ ਹੌਸਲਾ ਰੱਖ ਅਸੀਂ ਸਾਰੇ ਤੇਰੇ ਨਾਲ ਹਾਂ ਤੇਰੇ ਪੁੱਤ ਆ ਅਲਫਾਫਾ ਦਿਓ ਮਾੜਾ ਜਿਹਾ ਆਪਣਾ ਇਹਦੇ ਵਿੱਚ ਨਾ ਮਾਂ ਮੈਂ ਥੋੜ੍ਹੇ ਪੈਸੇ ਪਾਤੇ ਆ 5000 ਨਹੀਂ ਮਾਂ ਤੂੰ ਰੱਖ ਲੈ ਉੱਥੇ ਘਰੇ ਕੋਈ ਲੋੜ ਪਊਗੀ ਮੇਰੀ ਮਾਂ ਨੂੰ ਕਾਗਜ਼ਾਂ ਨਾਲ ਮਾਂ ਕੁਛ ਨਹੀਂ ਵਾਪਸ ਹੋਣਾ ਇਹ ਤਾਂ ਕਾਗਜ਼ ਨੇ ਮਾਂ ਪਰ ਅਸੀਂ ਤੇਰੇ ਪੁੱਤ ਬਣ ਸਕੀਏ ਮੈਂ ਇੱਕ ਮੇਰੀ ਬੇਨਤੀ ਆ ਜੇ ਤੈਨੂੰ ਲੱਗੇ ਕਿਤੇ ਵੀ ਸਾਡੀ ਲੋੜ ਆ ਤੂੰ ਸਾਡੇ ਕੋਲ ਇੱਥੇ ਆ ਜਾਈ ਜਦੋਂ ਮਰਜ਼ੀ ਤੂੰ ਸਾਡੀ ਮਾਂ ਵਾ ਜਿਵੇਂ ਮੇਰੀ ਇਹ ਮਾਂ ਵਾ ਨਾ ਉਵੇਂ ਤੂੰ ਵੀ ਮੇਰੀ ਮਾਂ ਇੱਥੇ ਰਹਿ ਸਕਦੀ ਆ ਸਾਡੇ ਕੋਲ ਘਬਰਾਈ ਨਾ ਧੀ ਦੇ ਦਰ ਨਾ ਬਹਿਣ ਦੀ ਕੁਛ ਕਰੀ ਇੱਥੇ ਆਪਦੇ ਪੁੱਤ ਕੋਲ ਆ ਜਾਈ ਅੱਛਾ ਆਪਾਂ ਇੱਥੇ ਦਿਨ ਕੱਟ ਲਾਂਗੇ ਮਾਂ ਪੁੱਤ ਠੀਕ ਆ ਹਮ
ਠੀਕ ਹੈ ਮਾਫ਼ੀ, ਅਸੀਂ ਵੀਰ ਨੂੰ ਬਚਾ ਨਹੀਂ ਸਕੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀ ਸਾਤੋਂ ਸੇਵਾ ਲਈ, ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ। ਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।